ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਇਮੀਗ੍ਰੇਸ਼ਨ ਮੰਤਰੀ ਮਾਲਕਮ ਮਿਲਰ ਨੇ ਇਮੀਗ੍ਰੇਸ਼ਨ ਅਤੇ ਅਸਾਈਲਮ ਸਿਸਟਮ ਨੂੰ ਬਿਹਤਰ ਬਣਾਉਣ ਦੇ ਲਈ ਅੱਗੇ ਆਉਣ ਵਾਲੇ ਸਮਿਆਂ ਦੇ ਵਿੱਚ ਨਵੇਂ ਸੁਧਾਰ ਲਿਆਉਣ ਦੇ ਮਨਸੂਬੇ ਸਾਂਝੇ ਕੀਤੇ ਨੇ। ਇਹ ਐਲਾਨ ਉਸ ਫੈਸਲੇ ਤੋਂ ਬਾਅਦ ਆਇਆ ਜਿਸ ਦੇ ਵਿੱਚ ਅਗਲੇ 2 ਸਾਲਾਂ ਦੇ ਲਈ ਪੱਕੇ ਨਿਵਾਸ ਦੇ ਲੱਛਿਆਂ ਦੇ ਵਿੱਚ ਕਟੌਤੀ ਅਤੇ ਅਸਥਾਈ ਕੰਮਕਾਰ ਪਰਮਿਟਾਂ ਦੇ ਲਈ ਸਥਿਤ ਨਿਯਮ ਲਾਗੂ ਕਰਨ ਦੀ ਗੱਲਬਾਤ ਕੀਤੀ ਗਈ ਹੈ। ਸਰਕਾਰੀ ਅੰਕੜੇ ਦੇ ਅਨੁਸਾਰ ਹਾਲ ਹੀ ਦੇ ਵਿੱਚ ਕੈਨੇਡਾ 'ਚ ਅਸਾਈਲਮ ਦਾਅਵਿਆਂ ਦੀ ਪ੍ਰਕਿਰਿਆ ਦੇ ਲਈ ਮੌਸਤ 47 ਮਹੀਨਿਆਂ ਦੀ ਔਸਤ ਉਡੀਕ ਦਾ ਸਮਾਂ ਲੰਬਾ ਹੋ ਗਿਆ। ਸੋਮਵਾਰ ਨੂੰ ਹਾਊਸ ਆਫ ਕਾਮਨਸ ਦੀ ਇਮੀਗ੍ਰੇਸ਼ਨ ਕਮੇਟੀ ਦੇ ਵਿੱਚ ਗੱਲਬਾਤ ਦੌਰਾਨ ਮਾਰਕ ਮਿਲਰ ਨੇ ਕਬੂਲਿਆ ਕਿ ਮੌਜੂਦਾ ਪ੍ਰਣਾਲੀ ਆਪਣੀ ਉਮੀਦਾਂ ਉੱਤੇ ਖਰੀ ਨਹੀਂ ਉਤਰ ਰਹੀ। ਇਹ ਪ੍ਰਣਾਲੀ ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਜਿਸ ਤਰੀਕੇ ਦੇ ਨਾਲ ਇਸਨੂੰ ਕਰਨਾ ਚਾਹੀਦਾ ਸੀ। ਉਹਨਾਂ ਨੇ ਦੱਸਿਆ ਕਿ ਅੰਦਰੂਨੀ ਅਸਾਈਲਮ ਦਾਅਵਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ। 2024 ਦੇ ਵਿੱਚ ਜਨਵਰੀ ਤੋਂ ਸਤੰਬਰ ਤੱਕ 635 ਅੰਦਰੂਨੀ ਦਾਅਵੇ ਸੰਭਾਲੇ ਗਏ ਨੇ। ਮਿਲਰ ਨੇ ਇਸ਼ਾਰਾ ਕੀਤਾ ਕਿ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀ ਵੀ ਅਸਾਈਲਮ ਮੰਗਣ ਦੇ ਲਈ ਇਸ ਪ੍ਰਣਾਲੀ ਦੀ ਵਰਤੋਂ ਕਰ ਰਹੇ ਨੇ। ਕਈ ਹਾਲਾਤਾਂ ਵਿੱਚ ਉਹਨਾਂ ਨੂੰ ਬਿਨਾਂ ਜਾਇਜ਼ ਕਾਰਨਾਂ ਦੇ ਅਸਾਈਲਮ ਦੇ ਲਈ ਅਰਜੀ ਦੇਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮਸਲੇ ਨੇ ਕਈ ਗੁੱਸੇ ਭਰੀਆਂ ਪ੍ਰਤੀਕਿਰਿਆ ਨੂੰ ਜਨਮ ਦਿੱਤਾ ਹੈ। ਕਮੇਟੀ ਦੀ ਮੀਟਿੰਗ ਦੌਰਾਨ ਮਾਈਗ੍ਰੈਂਟ ਵਰਕਰਸ ਅਲਾਇੰਸ ਫੋਰ ਚੇਂਜ ਦੇ ਪ੍ਰਦਰਸ਼ਨਕਾਰੀਆਂ ਨੇ ਸਾਨੂੰ ਨਿਕਾਲੋ ਨਾ, ਨਸਲਵਾਦੀ ਨਾ ਬਣੋ, ਹੱਕ ਦਿਓ, ਕਟੌਤੀ ਨਹੀਂ, ਸਭ ਲਈ ਦਰਜਾ ਵਾਲੇ ਪਲੇ ਕਾਰਡ ਲਹਿਰਾਏ। ਮੀਟਿੰਗ ਦੇ ਅੰਤ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਮਿਲਰ ਦੇ ਨਾਲ ਰੂਬਰੂ ਹੋ ਕੇ ਕਿਹਾ, ਅਸੀਂ ਉਹ ਲੋਕ ਹਾਂ ਜਿਨ੍ਹਾਂ ਨੂੰ ਤੁਸੀਂ ਦੇਸ਼ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ। ਸੁਰੱਖਿਆ ਸੇਵਾਵਾਂ ਨੇ ਵੀ ਪ੍ਰਦਰਸ਼ਨਕਾਰੀਆਂ ਦੇ ਗਰੁੱਪ ਨੂੰ ਇਮਾਰਤ ਤੋਂ ਬਾਹਰ ਕੱਢ ਦਿੱਤਾ। ਐਨਡੀਪੀ ਦੇ ਇਮੀਗ੍ਰੇਸ਼ਨ ਵਿਵਾਦਕ ਜੈਨੀ ਕਵਾਨ ਨੇ ਮਿਲਰ ਦੇ ਫੈਸਲੇ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਨਵੀਆਂ ਨੀਤੀਆਂ ਸ਼ਰਨਾਰਥੀਆਂ ਨੂੰ ਘਰਾਂ ਦੀ ਕਮੀ ਵਰਗੀਆਂ ਪ੍ਰਣਾਲੀਕ ਸਮੱਸਿਆ ਦੇ ਲਈ ਦੋਸ਼ੀ ਠਹਿਰਾਉਂਦੀਆਂ ਨੇ। ਇਸ ਦੇ ਜਵਾਬ ਦੇ ਵਿੱਚ ਮਿਲਰ ਨੇ ਕਿਹਾ ਕਿ ਕੈਨੇਡਾ ਦੀ ਨਾਗਰਿਕਤਾ ਇੱਕ ਸਨਮਾਨ ਹੈ, ਹੱਕ ਨਹੀਂ। ਇਹ ਹੱਕ ਨਹੀਂ ਕਿ ਹਰ ਕੋਈ ਕੈਨੇਡਾ ਦਾ ਪੱਕਾ ਨਿਵਾਸੀ ਜਾਂ ਨਾਗਰਿਕ ਬਣ ਜਾਵੇ, ਨਹੀਂ ਤਾਂ ਇਸਦਾ ਮੁੱਲ ਘੱਟ ਹੋ ਜਾਵੇਗਾ। ਮਿਲਰ ਨੇ ਫਿਰ ਵੀ ਕਿਹਾ ਕਿ ਲੋਕਾਂ ਨੇ ਆਪਣੇ ਵੀਜ਼ਾ ਨਿਯਮਾਂ ਦੀ ਪਾਲਣਾ ਕੀਤੀ ਹੈ, ਉਹਨਾਂ ਨਾਲ ਨਿਆਂ ਕੀਤੇ ਜਾਣ ਦੀ ਵੀ ਲੋੜ ਹੋਵੇਗੀ। ਦੱਸੀ ਕਿ ਮਿਲਰ ਨੇ ਕੈਨੇਡਾ ਦੀ ਇਸ ਯੋਜਨਾ ਦਾ ਵੀ ਜ਼ਿਕਰ ਕੀਤਾ ਜਿੱਥੇ 40% ਨਵੇਂ ਪੱਕੇ ਨਿਵਾਸੀਆਂ ਨੂੰ ਦੇਸ਼ ਦੇ ਅੰਦਰੋਂ ਹੀ ਲਿਆ ਜਾਵੇਗਾ, ਜੋ ਇਮੀਗ੍ਰੇਸ਼ਨ ਸੰਬੰਧੀ ਚੁਣੌਤੀਆਂ ਦੇ ਨਾਲ ਨਜਿੱਠਣ ਦੀ ਯੋਜਨਾ ਦਾ ਹਿੱਸਾ ਹੈ। ਸਤੰਬਰ ਤੱਕ ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਲਗਭਗ 2.5 ਲੱਖ ਲਟਕੇ ਹੋਏ ਸ਼ਰਨਾਰਥੀ ਦਾਅਵੇ ਹਨ, ਜਦਕਿ 2024 ਦੇ ਵਿੱਚ ਹੁਣ ਤੱਕ ਸਿਰਫ 48,000 ਦਾਅਵੇ ਹੀ ਪ੍ਰਕਿਰਿਆ ਵਿੱਚ ਲਿਆਏ ਗਏ ਨੇ। ਜ਼ਿਕਰਯੋਗ ਹੈ ਕਿ ਮਾਰਕ ਮਿਲਰ ਦਾ ਕਹਿਣਾ ਹੈ ਕਿ ਇਹ ਹੱਕ ਨਹੀਂ ਕਿ ਹਰ ਕੋਈ ਕੈਨੇਡਾ ਦਾ ਪੱਕਾ ਨਿਵਾਸੀ ਜਾਂ ਨਾਗਰਿਕ ਬਣੇ, ਨਹੀਂ ਤਾਂ ਇਸਦਾ ਮੁੱਲ ਜਿਹੜਾ ਘੱਟ ਹੋ ਜਾਵੇਗਾ। ਮਿਲਰ ਨੇ ਵੀ ਕਿਹਾ ਹੈ ਕਿ ਫਿਰ ਵੀ ਜਿਨ੍ਹਾਂ ਲੋਕਾਂ ਨੇ ਆਪਣਾ ਵੀਜ਼ਾ ਨਿਯਮਾਂ ਦੀ ਪਾਲਣਾ ਕੀਤੀ ਹੈ, ਉਹਨਾਂ ਦੇ ਨਾਲ ਨਿਆਂ ਜ਼ਰੂਰ ਕੀਤਾ ਜਾਵੇਗਾ। ਬਿਊਟੀਫੁਲ ਚੈਨਲ ਪੰਜਾਬੀ, ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।